ਪਹਿਲਾਂ ਹੀ ਮੈਨੇਜਮੈਂਟ ਦੀ ਬਦ ਇੰਤਜ਼ਾਮੀ, ਕਥਿਤ ਘੁਟਾਲੇ ਅਤੇ ਖਾਲੀ ਹੋਏ ਖਜ਼ਾਨੇ ਵਰਗੇ ਇਲਜ਼ਾਮ ਚੱਲ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਗੁਰੂ ਹਰਗੋਬਿੰਦ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈਟੀ ਨੂੰ ਨਿੱਜੀ ਹੱਥਾਂ 'ਚ ਸੌਂਪ ਇਸ ਨਾਮੀ ਸਿੱਖ ਵਿਦਿਅਕ ਅਦਾਰੇ ਨੂੰ ਆਪਣੀ ਬਦ ਇੰਤਜ਼ਾਮੀ ਦੀ ਪੇਟ ਚੜਾਉਣ ਲਈ ਸਵਾਲਾਂ 'ਚ ਘਿਰੀ ਹੈ ਅਤੇ ਸਵਾਲ ਚੁੱਕੇ ਹਨ ਅਕਾਲੀ ਦਲ ਦਿੱਲੀ ਸਰਨਾ ਤੜੇ ਵੱਲੋਂ ਅਤੇ ਉਂਗਲ ਸਿੱਧੀ ਕਮੇਟੀ ਮੁਖੀ ਮਨਜਿੰਦਰ ਸਿੰਘ ਸਿਰਸਾ ਵੱਲ ਸਿੱਧੀ ਹੈ। ਸਾਬਕਾ DSGMC ਮੁਖੀ ਪਰਮਜੀਤ ਸਿੰਘ ਸਰਨਾ ਮੁਤਾਬਕ DSGMC ਅਧੀਨ ਚੱਲਦੇ ਗੁਰੂ ਹਰਗੋਬਿੰਦ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈਟੀ ਹਰਗੋਬਿੰਦ ਐਨਕਲੇਵ ਨੂੰ ਕਮੇਟੀ ਨੇ ਬੰਦ ਕਰ ਦਿੱਤਾ ਅਤੇ ਇਸ ਅਦਾਰੇ ਨੂੰ ਇੱਕ ਨਿੱਜੀ ਕੰਪਨੀ ਨੂੰ ਲੀਜ਼ ਤੇ ਸੌਂਪ ਦਿੱਤਾ ਗਿਆ। ਉਹਨਾਂ ਨੇ ਇਸ ਪਿੱਛੇ ਵੱਡੇ ਘੁਟਾਲੇ ਵੱਲ ਇਸ਼ਾਰਾ ਕੀਤਾ ਹੈ। ਸਰਨਾ ਮੁਤਾਬਕ ਦਿੱਲੀ ਵਿੱਚ ਗ੍ਰੈਜੂਏਸ਼ਨ 'ਚ ਪੜ੍ਹਾਏ ਜਾਣ ਵਾਲੇ BCOM BA BCA ਵਰਗੇ ਵਿਸ਼ਿਆਂ 'ਚ ਸਿੱਖ ਵਿਦਿਆਰਥੀਆਂ ਨੂੰ ਐਡਮਿਸ਼ਨ ਆਸਾਨੀ ਨਾਲ ਨਹੀਂ ਮਿਲ ਰਹੀ, ਜਦਕਿ ਸਿੱਖਾਂ ਦਾ ਆਪਣਾ ਵਿਦਿਅਕ ਅਦਾਰਾ ਕਮੇਟੀ ਜਾਣ ਬੁੱਝ ਕੇ ਬੰਦ ਕਰਨ ਤੇ ਉਤਾਰੂ ਹੈ। ਮੌਜੂਦਾ ਸਮੇਂ 70 ਤੋਂ ਵੱਧ ਵਿਦਿਆਰਥੀ ਇਸ ਅਦਾਰੇ 'ਚ BCA BO BOC BCOM ਵਰਗੇ ਵਿਸ਼ੇ ਪੜ੍ਹ ਰਹੇ ਨੇ। ਉਹਨਾਂ ਮੁਤਾਬਕ ਨਵੇਂ ਵਰ੍ਹੇ ਦੀ ਐਡਮਿਸ਼ਨ ਲਈ ਵਿਦਿਆਰਥੀਆਂ ਨੂੰ ਹੁਣ ਪੰਜਾਬੀ ਬਾਗ ਸਥਿਤ ਅਦਾਰੇ 'ਚ ਭੇਜਿਆ ਜਾ ਰਿਹਾ ਹੈ। ਸਰਨਾ ਮੁਤਾਬਕ DSGMC ਦੇ 5 ਅਗਸਤ ਨੂੰ ਜਾਰੀ ਹੁਕਮਾਂ 'ਚ ਲਿਖਿਆ ਹੋਇਆ ਹੈ, ਪੂਰੀ ਇਮਾਰਤ ਨੂੰ 3 ਸਾਲ ਦੀ ਸ਼ੁਰੂਆਤੀ ਮਿਆਦ ਲਈ ਜਹਰਮੀ GITM ਸਕਿੱਲਸ ਨੂੰ ਪਟੇ ਤੇ ਦਿੱਤਾ ਜਾ ਰਿਹਾ ਹੈ। ਉਹਨਾਂ ਮੁਤਾਬਕ ਗੁਰੂ ਸਾਹਿਬ ਦੇ ਨਾਮ ਤੇ ਸਿੱਖ ਵਿਦਿਆਰਥੀਆਂ ਲਈ ਬਣੇ ਇਸ ਅਦਾਰੇ ਨੂੰ ਹੁਣ ਨਿੱਜੀ ਸੰਸਥਾ ਚਲਾਏਗੀ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਕਾਨੂੰਨੀ ਚੁਣੌਤੀ ਦੇਣਗੇ। ਉਹਨਾਂ ਮੁਤਾਬਕ ਇੱਕ ਵਕਾਰੀ ਵਿਦਿਅਕ ਅਦਾਰੇ ਨੂੰ ਲੀਜ਼ ਤੇ ਦੇ ਕੇ ਉਸ ਦੀਆਂ ਕੰਧਾਂ ਤੇ ਅੰਕਿਤ ਗੁਰੂ ਸਾਹਿਬ ਦੇ ਨਾਮ ਨੂੰ ਮਿਟਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਨਾਕਾਬਲੇ ਬਰਦਾਸ਼ਤ ਹੈ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਅਤੇ ਐਜੂਕੇਸ਼ਨ ਸੈੱਲ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ ਮੁਤਾਬਕ ਇਹ ਵਿਦਿਅਕ ਅਦਾਰਾ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਿਹਾ ਸੀ, ਪਰ ਐਜੂਕੇਸ਼ਨ ਸੈੱਲ ਦਾ ਮੁਖੀ ਖੁਦ ਇਸ ਗੱਲੋਂ ਅਣਜਾਣ ਹੈ ਕਿ ਇਸ ਵਿਦਿਅਕ ਅਦਾਰੇ ਨੂੰ ਲੀਜ਼ ਤੇ ਦਿੱਤਾ ਗਿਆ ਜਾਂ ਨਹੀਂ। ਸਿੱਖ ਸੰਗਤ ਦਾ ਵੀ ਉਹਨਾਂ ਨੂੰ ਵਾਜਬ ਸਵਾਲ ਹੈ ਕਿ ਇਹ ਵਿਦਿਅਕ ਅਦਾਰੇ ਕਮਾਈ ਲਈ ਨਹੀਂ, ਸਿੱਖ ਨੌਜਵਾਨਾਂ ਨੂੰ ਚੰਗੀ ਤੇ ਉਸਾਰੂ ਤਾਲੀਮ ਦੇਣ ਲਈ ਖੋਲ੍ਹੇ ਗਏ, ਸੋ ਘਾਟੇ ਵਿੱਚ ਚੱਲਣ ਦਾ ਤਰਕ ਬੇਬੁਨਿਆਦ ਹੈ। ਅਸਲ 'ਚ ਪੁਰਾਣੀ ਦਿੱਲੀ ਸਥਿਤ ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਆਈਟੀ ਦੀ ਸਥਾਪਨਾ 2005-06 'ਚ ਹੋਈ ਸੀ। ਕੁੱਲ 3 ਏਕੜ ਰਕਬੇ 'ਚ ਅੱਧੇ 'ਚ ਸਕੂਲ ਅਤੇ ਅੱਧੇ 'ਚ ਇਹ ਅਦਾਰਾ ਚੱਲ ਰਿਹਾ ਹੈ। ਇੱਥੇ ਤਾਇਨਾਤ ਮੁਲਾਜ਼ਮਾਂ ਨੇ ਵੀ ਤਨਖਾਹਾਂ ਨਾ ਮਿਲਣ ਤੇ ਇਤਰਾਜ਼ ਚੁੱਕੇ ਨੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।